ਤੇ ਹਾਂਜੀ ਮਿੱਤਰੋ ਲੈ ਕੇ ਆ ਜਾਣਾ ਜਮਾਤ ਚੌਥੀ ਵਾਲਿਆਂ ਦੇ ਲਈ ਇੰਗਲਿਸ਼ ਦਾ ਪੇਪਰ, ਜੋ ਕਿ ਦੋਸਤੋ 15 ਮਾਰਚ ਨੂੰ ਤੁਹਾਡਾ ਹੋਣ ਵਾਲਾ ਹੈ। ਯਾਨੀ ਕਿ 15 ਮਾਰਚ ਦਾ ਦੋਸਤੋ ਪੇਪਰ ਹੈ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ, ਕਿਉਂਕਿ ਦੋਸਤੋ ਪੇਪਰ ਜਿਹੜਾ ਫੁੱਲੀ ਸੋਲਵਡ ਕਰਾਇਆ ਗਿਆ ਹੈ। ਦਿੱਤੇ ਗਏ ਕੁਸ਼ਚਨ ਦੇ ਆਂਸਰ ਤੁਹਾਨੂੰ ਵੀ ਨਾਲ ਹੀ ਦਿੱਤੇ ਗਏ ਹਨ ਆਂਸਰ, ਠੀਕ ਹੈ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ, ਚੈਨਲ ਦੇ ਨਵਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਜਿਸ ਤਰ੍ਹਾਂ ਕਿ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਆ ਜਾਊਗਾ ਸੈਕਸ਼ਨ ਏ, ਠੀਕ ਹੈ ਦੋਸਤੋ। ਰੀਡ ਦਾ ਪੈਸੇਜ ਐਂਡ ਆਂਸਰ ਦਾ ਫਲੋਇੰਗ ਕੁਸ਼ਚਨ, ਯਾਨੀ ਕਿ ਕੁਸ਼ਚਨਾਂ ਦੇ ਆਂਸਰ ਦੇਣੇ ਹਨ, ਕਿਵੇਂ ਕਰਨੇ ਹਨ ਦੋਸਤੋ। ਪੈਰੇ ਨੂੰ ਪੜ੍ਹ ਕੇ ਸਿੱਧਾ ਆਪਣੇ ਕੁਸ਼ਚਨਾਂ ਦੇ ਆਂਸਰ ਦੇਣੇ ਹਨ। ਜਿਵੇਂ ਦੋਸਤੋ ਪਹਿਲਾ ਕੁਸ਼ਚਨ ਹੋ ਜੂ ਤੁਹਾਡਾ, ਹਾਊ ਓਲਡ ਵਾਜ਼ ਦਾ ਫਾਰਮਰ, ਠੀਕ ਹੈ ਦੋਸਤੋ। ਆਪਾਂ ਨੇ ਫਾਰਮਰ ਦੀ ਉਮਰ ਦੱਸਣੀ ਹੈ, ਜਿਵੇਂ ਕਿ ਆਪਾਂ ਨੇ ਸਭ ਤੋਂ ਪਹਿਲਾਂ ਪੈਰਾ ਪੜ੍ਹਨਾ ਹੈ। ਸੁਰਜੀਤ ਵਾਜ਼ ਅ ਫਾਰਮਰ ਹੈ, ਹੀ ਵਾਜ਼ ਜੋ ਕਿ 60 ਈਅਰ ਓਲਡ, ਠੀਕ ਹੈ। ਇਹ ਆਪਾਂ ਨੂੰ ਆ ਜੂਗਾ ਆਂਸਰ ਤੁਹਾਡਾ ਬੀ ਆਪਸ਼ਨ, ਠੀਕ ਹੈ। ਬੀ ਆਪਸ਼ਨ ਰਾਈਟ ਆਂਸਰ ਹੋ ਜਾ 16 ਈਅਰਸ, ਜਿਵੇਂ ਕਿ ਦਿੱਤਾ ਗਿਆ, ਠੀਕ ਹੈ। ਵੇਅਰ ਡਿਡ ਸੁਰਜੀਤ ਵਰਕ ਔਨ ਅ ਫਾਰਮ, ਠੀਕ ਹੈ ਦੋਸਤੋ। ਕਿੱਥੇ ਵਰਕ ਕਰਦਾ ਸੀ, ਜਿਵੇਂ ਕਿ ਹੀ ਹੈਡ ਵਰਕ ਵੈਰੀ ਹਾਰਡ ਔਨ ਹਿਜ਼ ਫਾਰਮ। ਇਹ ਹੋ ਜੂ ਦੋਸਤੋ ਔਨ ਦਾ ਫਾਰਮ, ਠੀਕ ਹੈ। ਆਂਸਰ ਹੋ ਜੂਗਾ ਔਨ ਦਾ ਫਾਰਮ। ਵਟ ਵਾਜ਼ ਰੈਡੀ ਫਾਰਮ, ਵੁੱਲੋਕ ਕਾਟ ਕਰੋਪ ਬੈਗਸ ਔਰ ਵੀਟ, ਠੀਕ ਹੈ ਦੋਸਤੋ। ਦ ਕਰੋਪ ਵਾਜ ਰੈਡੀ, ਠੀਕ ਹੈ। ਕਰੋਪ ਇੱਥੇ ਆਂਸਰ ਆ ਜਾਓ ਤੁਹਾਡਾ, ਜਿਸ ਤਰ੍ਹਾਂ ਕਿ ਅਗਲੀ ਲਾਈਨ ਦੇ ਵਿੱਚ ਦਿੱਤਾ ਹੈ। ਕਰੋਪ ਦੋਸਤੋ ਇੱਥੇ ਆ ਜਾਓ ਤੁਹਾਡਾ ਆਂਸਰ, ਠੀਕ ਹੈ। ਤੁਹਾਨੂੰ ਦੱਸ ਦਿੰਦਾ ਕਿਵੇਂ ਆਇਆ ਹੈ। ਜਿਵੇਂ ਕਿ ਇੱਥੇ ਦਿੱਤਾ ਗਿਆ ਤੁਹਾਡਾ ਕਰੋਪ ਵਾਜ ਰੈਡੀ, ਯਾਨੀ ਕਿ ਕਰੋਪ ਜਿਹੜੇ ਕਿ ਰੈਡੀ ਹੈ। ਕਰੋਪ ਇਸ ਦਾ ਆਂਸਰ ਹੋ ਜਾ ਸੀ ਆਪਸ਼ਨ। ਵੇਅਰ ਡਿਡ ਦ ਹੀ ਡਿਸਾਈਡਡ ਟੂ ਟੇਕ ਦ ਕਰੋਪ, ਮਾਰਕੀਟ, ਗ੍ਰੇਨ ਮਾਰਕੀਟ, ਫਾਰਮ, ਉਲੋਕ ਕਾਰਡ, ਠੀਕ ਹੈ ਦੋਸਤੋ। ਕਿੱਥੇ ਜਿਹੜਾ ਕਿ ਹੀ ਡਿਸਾਈਡਡ ਟੂ ਟੇਕ ਹਿਮਸੈਲਫ ਟੂ ਗ੍ਰੇਨ ਟੂ ਦ ਗ੍ਰੇਨ ਮਾਰਕੀਟ, ਠੀਕ ਹੈ ਦੋਸਤੋ। ਗ੍ਰੇਨ ਮਾਰਕੀਟ ਇੱਥੇ ਆਂਸਰ ਹੋ ਜੂ ਤੁਹਾਡਾ, ਜਿਵੇਂ ਕਿ ਗ੍ਰੇਨ ਮਾਰਕੀਟ। ਬੀ ਆਪਸ਼ਨ ਰਾਈਟ ਆਂਸਰ ਹੋ ਜੂ ਦੋਸਤੋ, ਚੂਜ਼ ਦ ਪੈਲੋਰਲ, ਗ੍ਰੇਨ ਬੈਗਸ ਈਅਰਸ ਕਾਰਟ, ਠੀਕ ਹੈ ਦੋਸਤੋ। ਤੁਹਾਡਾ ਜਿਹੜਾ ਕਿ ਆਂਸਰ ਕੀ ਹੋਵੇਗਾ, ਪੈਲੋਰਲ। ਇਹ ਜਿਹੜਾ ਇੱਥੇ ਵਿੱਚ ਸ਼ਬਦ ਨਹੀਂ ਆਇਆ ਹੈਗਾ, ਤੁਸੀਂ ਉਹ ਜਿਹੜਾ ਕਿ ਟਿੱਕ ਲਗਾਉਣਾ ਹੈ। ਆਪਣਾ ਆਜੂਗਾ ਈਅਰਸ, ਯਾਨੀ ਕਿ ਬੈਗਸ ਗ੍ਰੇਨ। ਇਹ ਦੋਸਤੋ ਤੁਸੀਂ ਆਪਣੀ ਜਿਹੜੀ ਕਿ ਉੱਪਰੋਂ ਪੜ੍ਹ ਕੇ ਦੱਸਣਾ ਹੈ ਕਿਸ ਚੀਜ਼ ਦਾ ਆਂਸਰ ਹੋਵੇਗਾ। ਸੈਕਸ਼ਨ ਬੀ ਆ ਜਾਓ ਦੋਸਤੋ ਅੱਗੇ ਤੁਹਾਡਾ। ਚੂਜ਼ ਦਾ ਕਰੈਕਟ ਆਪਸ਼ਨ ਫੋਰ ਦਾ ਫਲੋਇੰਗ ਕੁਸ਼ਚਨਸ, ਚੂਜ਼ ਦਾ ਇਨਕਰੈਕਟ ਪੇਅਰ, ਬੈੱਡ, ਸੈੱਟ, ਵੈੱਬ, ਲੈਗ ਪੇਜ ਅਤੇ ਹੈਂਡ ਟੈਨ। ਇਹ ਦੋਸਤੋ ਤੁਸੀਂ ਦੱਸਣਾ ਹੈ ਕੀ ਹੋਵੇਗਾ ਇਸਦਾ ਆਂਸਰ। ਜਿਸ ਤਰ੍ਹਾਂ ਕਿ ਦੋਸਤੋ ਇਹ ਦੋਸਤੋ ਤੁਸੀਂ ਦੱਸਣਾ ਹੈ, ਜਿਵੇਂ ਕਿ ਆਪਣਾ ਇਹ ਸਾਰੇ ਹੀ ਮਿਲ ਰਹੇ ਹਨ, ਡੀ ਅਤੇ ਡੀ ਐਂਡ 'ਤੇ ਜਿਹੜਾ ਕਿ ਇਹ ਅਕਸਰ ਨੇ, ਜਿਹੜੇ ਕਿ ਤੁਹਾਡੇ ਵਰਡ ਨੇ, ਇਹ ਸੇਮ ਆ ਰਹੇ ਨੇ, ਠੀਕ ਹੈ। ਇਹ ਜਿਹੜਾ ਕਿ ਗਲਤ ਹੈ, ਇਨਕਰੈਕਟ ਪੇਅਰ ਇਸ ਦੇ। ਇਹ ਹੋ ਜੂ ਤੁਹਾਡਾ ਸੈੱਟ ਵੈੱਬ, ਠੀਕ ਹੈ। ਆਂਸਰ ਤੁਹਾਡਾ ਹੋ ਜੂਗਾ ਸੈੱਟ ਵੈੱਬ। ਇਹ ਆ ਤੁਸੀਂ ਰਾਊਂਡ ਕਰਕੇ ਟਿੱਕ ਲਗਾ ਦੇਣਾ ਹੈ। ਚੂਜ਼ ਦਾ ਔਡ ਵਨ, ਠੀਕ ਹੈ ਦੋਸਤੋ। ਔਡ ਵਨ ਆਪਾਂ ਨੇ ਚੂਜ਼ ਕਰਨਾ ਹੈ, ਜਿਵੇਂ ਕਿ ਗਲੋ, ਬਲੋ, ਫਲੋ, ਸਲੋ, ਗਰੋ, ਕਰੋ, ਠੀਕ ਹੈ ਦੋਸਤੋ। ਇਹ ਆਪਾਂ ਨੇ ਜਿਹੜੇ ਕਿ ਇਹਨਾਂ ਦੋਸਤਾਂ ਵਿੱਚ, ਦੋਸਤੋ ਇਹਨਾਂ ਵਿੱਚ ਕਿਹੜਾ ਅਲੱਗ ਦਿਖ ਰਿਹਾ ਹੈ, ਤੁਸੀਂ ਇਹ ਆਪ ਦੱਸੋ, ਠੀਕ ਹੈ। ਇਹਨਾਂ ਵਿੱਚੋਂ ਕਿਹੜਾ ਅਲੱਗ ਦਿਖ ਰਿਹਾ ਹੈ ਸਾਰਿਆਂ, ਇਹ ਗਲੋ ਜਾਂ ਫਿਰ ਬਲੋ ਜਾਂ ਫਿਰ ਫਲੋ, ਸਲੋ ਜਾਂ ਫਿਰ ਕਰੋ, ਠੀਕ ਹੈ। ਇਹਨਾਂ ਵਿੱਚੋਂ ਜਿਹੜਾ ਕਿ ਤੁਸੀਂ ਆਪ ਦੱਸਣਾ ਹੈ ਕਿਹੜਾ ਸਹੀ ਇਸ ਦੇ ਵਿੱਚ ਅਲੱਗ ਦਿਖ ਰਿਹਾ ਹੈ। ਤੁਹਾਨੂੰ ਦੱਸ ਦਈਏ ਦੋਸਤੋ, ਇਹਨਾਂ ਵਿੱਚੋਂ ਤੁਸੀਂ ਆਪ ਦੱਸ ਸਕਦੇ ਹੋ ਕਿਹੜਾ ਹੋਵੇਗਾ ਇਸਦਾ ਸਹੀ ਉੱਤਰ। ਕਮੈਂਟ ਵਿੱਚ ਦੱਸਣ ਵਾਲਿਆਂ ਦੋਸਤੋ ਆਪਾਂ ਹਟ ਦੇਵਾਂਗੇ ਕਿਹੜਾ ਆਂਸਰ ਤੁਸੀਂ, ਤੁਹਾਨੂੰ ਵੀ ਸਾਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਪੇਪਰ ਕਿੰਨਾ ਕੁ ਆਉਂਦਾ। ਤੁਸੀਂ ਜ਼ਰੂਰ ਆਂਸਰ ਕਰਨਾ ਇਸ ਦਾ, ਠੀਕ ਹੈ ਦੋਸਤੋ। ਦੂਜੇ ਕੁਸ਼ਚਨ ਦਾ ਆਂਸਰ ਤੁਸੀਂ ਆਪ ਕਰਨਾ ਹੈ। ਚੂਜ਼ ਦ ਸੇਮ ਵਰਡ, ਡੂ
ਜਿਵੇਂ ਕਿ ਦੋਸਤੋ ਇਹਨਾਂ ਵਿੱਚ ਕਿਹੜਾ ਇਹਦੇ ਇਸ ਬਾਰਾ ਇਹਦੇ ਨਾਲ ਦਾ ਵਰਡ ਹੈ ਇਹਨਾਂ ਵਿੱਚ ਫਿਊ ਨਿਊ ਸਿਊ ਡਿਊ। ਠੀਕ ਹੈ ਦੋਸਤੋ, ਸੇਮ ਵਰਡ ਆਪਾਂ ਨੇ ਫਿਲ ਕਰਨਾ ਹੈ, ਇਹ ਉੱਤਰ ਆ ਜੂ ਏ ਵਾਲਾ। ਠੀਕ ਹੈ, ਡਿਊ ਡਿਊ, ਅਤੇ ਅੱਗੇ ਆ ਜੂਗਾ ਇਨ ਸਰਕਲ ਦਾ ਵਰਡ ਹੈਵਿੰਗ ਈ। ਠੀਕ ਹੈ ਦੋਸਤੋ, ਡਬਲ ਈ ਕਿਹਨਾਂ ਵਿੱਚ ਆ ਰਿਹਾ ਹੈ, ਹੈਵਿੰਗ, ਇਹ ਦੋਸਤੋ ਆਪਾਂ ਨੇ ਸਰਕਲ ਕਰਨਾ ਹੈ। ਠੀਕ ਹੈ, ਆਪਣਾ ਆ ਰਿਹਾ ਹੈ ਵੀਲ ਐਂਡ ਜੀਪ। ਠੀਕ ਹੈ, ਇਹ ਆਂਸਰ ਹੋ ਜਾਊ, ਦੋਨਾਂ ਦੇ ਵਿੱਚ ਆਪਾਂ ਟਿੱਕ ਲਗਾ ਦੇਣੀ ਹੈ। ਅੱਗੇ ਦੋਸਤੋ ਆ ਜਾਓ, ਵਿੱਚ ਆਫ ਦਾ ਪੈਲਰਲ ਵਰਡ ਕੈਨੋਟ ਬੀ ਮੇਡ ਯੂਜ਼ਿੰਗ ਗਿਵਨ ਲੈਟਰਸ। ਇਹ ਦੋਸਤੋ ਆਪਾਂ ਨੇ ਦੱਸਣਾ ਕੈਨੋਟ ਬੀ ਯੂਜ਼ਿੰਗ ਗਿਵਨ ਲੈਟਰਸ, ਜਾਣੀ ਕਿ ਆਪਾਂ ਨੇ ਦੱਸਣਾ ਇਹਨਾਂ ਵਿੱਚ ਜਿਹੜੇ ਕਿ ਇਹ ਲੈਟਰ ਹਨ, ਇਹਨਾਂ ਵਿੱਚੋਂ ਇਹ ਲੈਟਰ ਕਿਹੜੇ ਨਹੀਂ ਬਣੇ ਹੋਏ, ਇਹਨਾਂ ਦੀ ਮਦਦ ਨਾਲ ਇਹ ਜਾਣੀ ਕਿ ਪੋਟ ਪੀ ਓ ਟੀ ਇਹ ਆਇਆ ਹੋਇਆ, ਇਹ ਵੀ ਬਣਿਆ ਹੋਇਆ। ਠੀਕ ਹੈ, ਹੋਪ ਓਪ ਐਚ ਓ ਪੀ, ਠੀਕ ਹੈ ਵੀ ਆਰ ਓ ਡੀ, ਆਰ ਕਿੱਥੇ ਦੋਸਤੋ, ਆਰ ਹੈ ਨਹੀਂ, ਆ ਓ ਡੀ ਹੈਗਾ, ਠੀਕ ਹੈ ਇਹ ਨਹੀਂ ਹੈਗਾ। ਠੀਕ ਹੈ, ਬੋਬ ਬੋਬ ਵੀ ਬਣ ਸਕਦਾ ਹੈ, ਰੋਡ ਜਿਹੜਾ ਕਿ ਆਰ ਓ ਡੀ ਰੋਡ, ਇਹ ਆਂਸਰ ਹੋ ਜੂ ਤੁਹਾਡਾ। ਠੀਕ ਹੈ, ਪੁੱਟ ਦਾ ਕਰੋਕਸ ਐਕਸ ਮਾਰਕ ਔਨ ਦਾ ਪੇਅਰ ਨੋਟ ਹੈਵਿੰਗ ਦਾ ਸੇਮ ਵਰਡ, ਕੋਪ ਕੋਪ, ਠੀਕ ਹੈ, ਮੋਪ ਮੋਪ, ਅਤੇ ਅੱਗੇ ਰਨ ਸਨ, ਪੁੱਟ ਪੁੱਟ, ਇਹ ਦੋਸਤੋ ਇਹ ਸਹੀ ਹੋ ਜੂ ਤੁਹਾਡਾ ਆਂਸਰ। ਠੀਕ ਹੈ, ਐਕਸ 'ਤੇ ਐਕਸ ਲਿਖਣਾ ਆਪਾਂ ਨੇ, ਠੀਕ ਹੈ ਉਰੇ ਐਕਸ, ਇਹ ਹੋ ਜੂ ਤੁਹਾਡਾ ਰਨ ਸਨ, ਜਾਣੀ ਕਿ ਇਹ ਸੇਮ ਵਰਡ ਨਹੀਂ ਹੈਗੇ। ਚੂਜ਼ ਦਾ ਇਨਕਰੈਕਟ ਸੈਂਟੈਂਸ, ਹੀ ਹੈਜ਼ ਮੈਨੀ ਬੁੱਕਸ, ਸੀ ਵਿਲ ਗੋ ਟੂ ਦਾ ਮਾਰਕੀਟ, ਯੂ ਆਰ ਬਰੇਵ ਬੋਏ, ਦੇ ਆਰ ਪਲੇਇੰਗ ਫੁੱਟਬੋਲ। ਇਹ ਆਪਾਂ ਨੇ ਦੋਸਤੋ ਚੂਜ਼ ਦਾ ਇਨਕਰੈਕਟ ਸੈਂਟੈਂਸ ਕਿਹੜਾ ਗਲਤ ਬਣਾਇਆ ਗਿਆ ਹੈ ਵਾਕ ਉਹ ਦੱਸਣਾ ਹੈ। ਠੀਕ ਹੈ, ਇਹਨਾਂ ਚਾਰਾਂ ਵਿੱਚ ਆਪਾਂ ਨੇ ਟਿੱਕ ਲਗਾ ਦੇਣਾ ਹੈ, ਇਹਨਾਂ ਮਤਲਬ ਕਿ ਜਿਹੜਾ ਕਿ ਗਲਤ ਹੋਊਗਾ ਉਹਦੇ ਅੱਗੇ। ਅਤੇ ਚੂਜ਼ ਦਾ ਓਪੋਜਿਟ ਆਫ ਐਮਪਟੀ, ਐਮਪਟੀ ਦੋਸਤੋ ਫੁੱਲ, ਠੀਕ ਹੈ, ਐਮਪਟੀ ਦਾ ਆਜੂਗਾ ਫੁੱਲ, ਇਹ ਹੋ ਜੂਗਾ ਫੁੱਲ। ਠੀਕ ਹੈ, ਫਾਇੰਡ ਦਾ ਔਡ ਵਨ, ਉੱਤਰ ਦੋਸਤੋ ਤੁਹਾਡਾ ਇਹ ਦੱਸਣਾ ਹੋਵੇਗਾ ਇਹਨਾਂ ਵਿੱਚ ਕਿਹੜਾ ਔਡ ਹੈ। ਠੀਕ ਹੈ, ਇਹਨਾਂ ਚਾਰਾਂ ਵਿੱਚੋਂ ਕਿਹੜਾ ਔਡ ਹੈ, ਸਪੈਂਚ ਇਹ ਹੋ ਜੂਗਾ ਤੁਹਾਡਾ, ਜਾਂ ਫਿਰ ਪੰਪ ਸਕਿਨ, ਅਤੇ ਰੈਜ਼ਿਨ, ਅਤੇ ਜਾਂ ਫਿਰ ਕੈਮਸਕਿਊਮ। ਠੀਕ ਹੈ ਦੋਸਤੋ, ਇਹਨਾਂ ਚਾਰਾਂ ਵਿੱਚ ਟ੍ਰਿਕ ਲਗਾਉਣੀ ਹੈ ਆਪਾਂ ਨੇ, ਕਿਹੜਾ ਤੁਹਾਡਾ ਰਾਈਟ ਆਂਸਰ ਹੋ ਜਾਵੇਗਾ। ਵਿਚ ਇਜ਼ ਦਾ ਵਿਚ ਆਫ ਦਿਸ ਇਜ਼ ਨੋਟ ਅ ਨਾਊਨ, ਠੀਕ ਹੈ ਦੋਸਤੋ, ਕਿਹੜਾ ਨਾਊਨ ਨਹੀਂ ਹੈਗਾ ਇਹਨਾਂ ਵਿੱਚੋਂ, ਵੀਕ, ਅਤੇ ਯਾਰ ਸਰਵੈਂਟ, ਹੈਲਪ, ਵਿੰਡੋ, ਦੋਸਤੋ ਕਿਹੜਾ ਨਹੀਂ ਹੈਗਾ ਅ ਨਾਊਨ। ਠੀਕ ਹੈ ਦੋਸਤੋ, ਤੁਹਾਡਾ ਉੱਤਰ ਦੇ ਜਿਹੜਾ ਕਿ ਆਜੂਗਾ ਹੈਲਪ, ਹੈਲਪ ਜਿਹੜਾ ਕਿ ਨਹੀਂ ਹੈਗਾ। ਠੀਕ ਹੈ, ਚੂਜ਼ ਦਾ ਵਰਡ ਰਹਿਮਿੰਗ ਵਿਦ ਵਾਈਜ ਫਾਈਵ, ਉੱਤੇ ਦੋਸਤੋ ਤੁਹਾਡਾ ਕੀ ਹੋਵੇਗਾ, ਰਾਈਜ, ਠੀਕ ਹੈ, ਬੀ ਆਪਸ਼ਨ ਹੋ ਰਾਈਟ ਆਂਸਰ ਹੋ ਜਾਏ ਰਾਈਜ ਵਾਈਜ, ਦੇਰ ਵਾਜ ਡੈਸ਼ ਕੰਪਿਊਟਰ ਔਨ ਦਾ ਟੇਬਲ। ਠੀਕ ਹੈ ਦੋਸਤੋ, ਉੱਤਰ ਦੋਸਤੋ ਆ ਜਾਓ, ਡੇਰ ਵਾਜ ਐਨ ਜਾਂ ਫਿਰ ਦਾ ਜਾਂ ਫਿਰ ਏ। ਠੀਕ ਹੈ ਦੋਸਤੋ, ਕਿਹੜਾ ਆਂਸਰ ਹੋਊਗਾ ਤੁਸੀਂ ਆਪ ਦੱਸਣਾ ਹੈ, ਅਤੇ ਸੈਕਸ਼ਨ ਸੀ ਆ ਜਾਓ ਆਂਸਰ ਦਾ ਫਲੋਇੰਗ ਕੁਐਸਚਨ ਐਨੀ ਫੋਰ, ਜਾਣੀ ਕਿ ਕੋਈ ਵੀ ਚਾਰ ਤੁਸੀਂ ਕਰ ਸਕਦੇ ਹੋ। ਇਹ ਦੋਸਤੋ ਇਹਨਾਂ ਕੁਐਸਚਨ ਦੇ ਆਂਸਰ ਤੁਸੀਂ ਆਪਣੀ ਨੋਟਬੁੱਕ ਵਿੱਚ ਦੇਖ ਲੈਣਾ। ਠੀਕ ਹੈ ਦੋਸਤੋ, ਇਹ ਦਿੱਤੇ ਗਏ ਹਨ ਤੁਹਾਡੇ ਕੁਐਸਚਨ, ਇਹ ਤੁਸੀਂ ਆਪਣੀ ਨੋਟਬੁੱਕ ਵਿੱਚ ਦੇਖ ਕੇ ਕਰ ਸਕਦੇ ਹੋ, ਕੁਐਸਚਨਾਂ ਦੇ ਆਂਸਰ ਤੁਸੀਂ ਆਪ ਕਰ ਲੈਣਾ। ਲੁੱਕ ਐਟ ਦਾ ਪਿਕਚਰ ਐਂਡ ਚੂਜ਼ ਦਾ ਇਨਕਰੈਕਟ ਸੈਂਟੈਂਸ, ਦਿਸ ਇਜ਼ ਅ ਫਰਿੱਜ, ਦਿਸ ਫਰਿੱਜ ਇਜ਼ ਵੈਰੀ ਲਾਰਜ, ਦਿਸ ਫਰਿੱਜ ਇਜ਼ ਓਪਨ, ਦਿਸ ਫਰਿੱਜ ਇਜ਼ ਐਂਪਟੀ। ਇਹ ਦੋਸਤੋ ਆਂਸਰ ਤੁਹਾਡਾ ਕੀ ਹੋਵੇਗਾ, ਫੋਰਥ ਆਪਸ਼ਨ ਰਾਈਟ ਆਂਸਰ ਹੋ ਜੂਗਾ। ਠੀਕ ਹੈ, ਮੈਚ ਦਾ ਰਿਲੇਟਡ ਸੈਂਟੈਂਸ, ਦੀਜ ਆਰ ਫੋਗਸ, ਦੀਜ ਆਰ ਵਰਡਸ, ਦੋਸਤੋ ਇਹ ਦੱਸਣੇ ਹਨ ਜਾਣੀ ਕਿ ਆਪਾਂ ਨੇ ਕਰਨਾ ਮੈਚ ਦਾ ਰਿਲੇਟਡ
ਸੈਂਟੈਂਸ ਆ। ਯਾਨੀ ਕਿ ਦੋਸਤੋ ਆਪਾਂ ਨੇ ਮੈਚ ਕਰਨੇ ਹਨ, ਦੀਜ਼ ਆਰ ਫਰੋਗਸ ਆ, ਇਹ ਕੀ ਨਹੀਂ ਕਰ ਸਕਦੇ ਦੋਸਤੋ, ਫਲਾਈ ਨਹੀਂ ਕਰ ਸਕਦੇ, ਠੀਕ ਹੈ। ਵਰਡ ਵਰਡ ਜਿਹੜੇ ਸਵਿੰਗ ਨਹੀਂ ਕਰ ਸਕਦੇ, ਇਹ ਇੱਥੇ ਆਜੂਗਾ ਟਰੰਕ, ਇਹ ਹੈਜ਼ ਲੌਂਗ ਟਰੰਕ, ਯਾਨੀ ਕਿ ਇਹ ਇਸ ਤਰ੍ਹਾਂ ਤੁਸੀਂ ਮਿਲਾਉਣ ਜਿਹੜੇ ਕਰ ਸਕਦੇ ਹੋ, ਠੀਕ ਹੈ ਦੋਸਤੋ। ਅੱਗੇ ਦੋਸਤੋ ਤੁਸੀਂ ਕਰ ਸਕਦੇ ਹੋ ਰਾਈਟ ਨੇਮ ਆਫ ਵੈਜੀਟੇਬਲ, ਵੈਜੀਟੇਬਲ ਯਾਨੀ ਕਿ ਸਬਜ਼ੀ ਦੇ ਨਾਂ ਲਿਖਣੇ ਨੇ, ਆਪਾਂ ਨੇ ਕੋਈ ਵੀ ਪੰਜ ਲਿਖ ਸਕਦੇ ਹੋ ਤੁਸੀਂ। ਰਾਈਟ ਟੂ ਸੈਂਟੈਂਸ ਫੋਰ ਦ ਗਿਵਨ ਪਿਕਚਰ, ਆਪਾਂ ਨੇ ਦੋ ਵਰਡ ਇਸ ਬਾਰੇ ਪਿਕਚਰ ਵੱਲ ਲਿਖ ਸਕਦੇ ਹਾਂ, ਪਾਰਕ ਐਂਡ ਚਿਲਡਰਨਸ, ਠੀਕ ਹੈ ਦੋਸਤੋ, ਇਹ ਆਪਾਂ ਲਿਖ ਸਕਦੇ ਹਾਂ ਅਤੇ ਗੁੱਡ ਹੈਂਡ ਰਾਈਟਿੰਗ ਦੇ ਮਾਰਕਸ ਤੁਹਾਨੂੰ 10 ਮਿਲ ਜਾਣਗੇ। ਇਸ ਤਰ੍ਹਾਂ ਦੋਸਤੋ ਤੁਹਾਡਾ ਪੂਰਾ ਪੇਪਰ ਸੋਲਵ ਹੋ ਚੁੱਕਾ ਹੈ। ਜੇਕਰ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਪੇਪਰ ਚਾਹੀਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਤੇ ਆਪਣਾ ਪੇਪਰ ਲੈ ਸਕਦੇ ਹੋ। ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।